ਅੱਜ ਮੈਂ ਤੁਹਾਨੂੰ ਮੂੜੀਆਂ ਰੋਟੀਆਂ ਚ ਲਾਉਣੀਆਂ ਸਿਖਾਉਣੀ ਤੇਰਾ ਆਪਾਂ ਖੇਤੋਂ ਮੂੜੀਆਂ ਪੱਟ ਕੇ ਦੇਗੀ ਕਿਹੜੀਆਂ ਆਪਾਂ ਮੋਲੀਆਂ ਪਟਕੇ ਦੇ ਆਏ ਆ ਉਹਨਾਂ ਨੂੰ ਆਪਾਂ ਛਿਰ ਲ ਲਗੇ ਉਤੋਂ ਦਾ ਕੇ ਉਤੋਂ ਤੇ ਮੜਕੇ ਨੂੰ ਕਦੋਂ ਕੱਚ ਕਰ ਲਗੇ ਕਦੋਂ ਕੱਚ ਕਰਕੇ ਮੜਕੇ ਚ ਨਮੂਨ ਮਿਰਚ ਸਾਰਾ ਕਪਾ ਕੇ ਤੇ ਫਿਰ ਇਹਨਾਂ ਰਲਾ ਲਗੇ ਮੋਲੀ ਕਦੋਂ ਕੱਚ ਕਰਕੇ ਪਾਣੀ ਘਟਨਾ ਜ਼ਰੂਰੀ ਹੈ ਤੇ ਨਹੀਂ ਨਾ ਫਿਰ ਰੋਟੀ پکਦੀ ਨਹੀਂ ਉਸ ਤਰ੍ਹਾਂ ਪਤਾ ਪਾਣੀ ਵਿੱਚ ਨਿਕਲ ਆ ਪੈਂਦਾ ਇਹ ਵਿੱਚ ਨਿਚੋੜ ਕੇ ਤੇ ਵਿੱਚ ਢੰਗਾਂ ਪਾ ਲਓ ਉਹਦੇ ਪੱਤੇ ਪਾਉਣੇ ਹਨ ਤੁਹਾਨੂੰ ਨੂਨ ਵਿੱਚ ਪਾ ਲਓ ਨੂਨ ਪਾ ਲਓ ਮਿਰਚ ਪਾ ਲਓ ਮਸਾਲਾ ਪਾ ਲਓ ਵਿਚਮਾਰੀ ਦੀ ਹਲਦੀ ਪਾ ਲਓ ਤੇ ਵਿੱਚ ਜੀਰਾ ਪਾਊਡਰ ਪਾ ਲਓ ਤੇ ਇਹ ਨਾਲ ਨਾ ਫਿਰ ਰੋਟੀ ਪਤ ਕਰਾਰੀ ਬਣਦੀ। ਲੇਹਣਾ ਆਪਾਂ ਨਾ ਆਟਾ ਗੁੰਨਗੇ। ਆਟਾ ਪਤ ਸਵਾਰ ਕੇ ਗੁੰਨਗੇ। 2-4 ਮੁੱਕੀਆਂ ਦੇਈਗੇ। ਸੋਨਾ ਗੋਈਗੇ ਨਾ ਟੀਨ। ਤੇ ਸੋਨਾ ਜਿੰਨਾ ਸੋਨਾ ਗੁੱਦਾ ਹੋਊਗਾ, ਉਹਨਾ ਆਟਾ ਮਲੈਮ ਹੋਊਗਾ। ਉਨੀ ਜੰਦੀ ਰੋਟੀ ਸੋਹਣੀ ਬਣੂਗੀ। ਹੁਣ ਪਤਾ ਆਪਾਂ ਨਾ ਤਵਾ 'ਚ ਉਪਲਡਗੇ। ਤਵਾ 'ਚ ਪੜਕੇ ਨਾ ਰੋਟੀ ਫਿਰ ਸੋਹਣੀ ਆਉਂਦੀ ਐ। ਚਪੜ ਨਾ ਕਿੰਬੜਦੀ ਤਵੇ ਦੇ। ਕਿੰਦੇ ਕਿ ਦੋ ਫੇੜੇ ਕਰਨਗੇ ਤੇ ਜੇ ਮੋٹے ਫੇੜੇ ਕਰਨਗੇ ਤਾਂ ਪਤਲੀ ਭਾਰੀ ਰੋਟੀ ਹੋ ਜਾਂਦੀ ਹੈ ਨਿੱਕੇ ਨਿੱਕੇ ਕਰਨਗੇ ਨਿੱਕੇ ਨਿੱਕੇ ਕਰਕੇ ਪੇੜੇ ਤੇ ਪੇੜਾ ਭਰਨ ਕੇ ਤੇ ਨੀਲ ਲਗੇ ਮੜਾ ਜੇ ਦੋ ਰੋਟੀਆਂ ਦੇ ਲੀਆਂ ਪਤਾ ਇਹਨਾਂ ਮੜਾ ਦੇ ਕੇ ਉਹ ਲਾਲੂ ਕੇਵਲਾ ਕੇ ਫਿਰ ਚਾ ਹ ਮੋੜੀ ਲਾ ਦੋ ਮੋੜੀ ਲਾ ਕੇ ਸਾਰੀ ਰੋਟੀ ਦੇ ਉੱਤੇ ਮੋੜੀ ਲਾ ਦੋ ਕੋਈ ਰਹਿ ਨਾ ਜਾਵੇ ਥੜਾ ਘਣਾ ਥਾ ਤੇ ਦਾਕੇ ਉਤ ਉਤ ਜਿਹੜਾ ਪਹਿਲਾ ਵੇਲੀ ਆ ਉਹ ਰੋਟੀ ਇਹਦੇ ਉੱਤੇ ਰੱਖ ਲਓ ਚੋਪੜ ਕੇ ਐਂ ਕਰਕੇ ਐਂ ਨਾ ਹੁਣ ਇਹਦੇ ਉੱਤੇ ਰੱਖ ਲਓ ਐਂ ਰੱਖ ਕੇ ਤੇ ਹੁਣ ਇਹਨੂੰ ਛੇਪਨ ਲਓ ਮੜਾ ਜੇ ਪੰਨ ਕੇ ਮੜਾ ਜੇ ਆਟਾ ਲਾ ਲਓ ਤੇ ਦੇ ਲਓ ਦੇਲ ਕੇ ਐਂ ਵਧੀਆ ਦੇਲ ਲਓ ਪਤਲੀ ਕਰ ਲਓ ਪਤਲੀ ਕਰਕੇ ਹਰ ਰਿ ਘਰ ਲੋ ਆਣ ਦੇ ਰੋਣ ਸਵਾਰ ਕੇ ਵੀਰ ਕੇ ਮਟੀ ਨਾ ਰਹਿ ਜੀ ਤੇ ਹੁਣ ਨਾ ਤਵਾ ਚੋ ਪਰ ਲੋ ਹੋਰ ਮੜਾ ਲਿਆ ਰੋਟੀ ਨੂੰ ਵੀ ਕੇ ਲਾ ਲੋ ਕਿਆ ਹੁਣ ਰੋਟੀ ਚੱਕ ਕੇ ਤਵੇ ਤੇ ਭੜਕ ਦੇਣੇ ਪਾ ਦੇ ਕਿਆਕ ਪਾ ਕੇ ਹੁਣ ਇਹਨੂੰ ਹੋੜੀ ਹੋੜੀ ਪਾਸੀ ਕੇ ਉਦਾ ਦੇ ਤਵੇ ਨਾਲੋ ਲੈ ਜਾਂਦੀ ਰੋਟੀ ਫਿਰ ਟੁੱਟਦੀ ਨਹੀਂਗੀ ਹੁਣ ਇਹਨਾਂ ਥਾਲ ਲੋ ਥਾਦ ਕੇ ਐ ਸਵਾਰ ਕੇ ਰਾੜ ਲੋ ਮੱਠੀ-ਵੱਠੀ ਆਗਣਾ ਨਾ ਸਵਾਰ ਕੇ ਰਾੜ ਲੋ ਮੱਠੇ ਨਾ ਜਾਵੇ ਰੋਟੀ ਹਾਏ ਰਾੜ ਕੇ ਹੌਲੀ ਹੌਲੀ ਕાળੀ ਨਾ ਕਰੋ ਇਹ ਜੇ ਹੰਦੀ ਰੋਟੀ ਦੂਰੀ ਵਿੱਚੋਂ ਕੱਚੀ ਨਾ ਰਹੇ ਜੀ ਇਹ ਤੇ ਟਾਇਲ ਲੱਗ ਜਾਂਦਾ ਇਹ ਭਾਰੀ ਗਨ ਜਾਂਦੀ ਹੈ ਨਾ ਹੋ ਗਈ ਰੋਟੀ ਤਿਆਰ